ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਭਾ ਅਨਾਜ ਮੰਡੀ ਵਿੱਚ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਦੀ ਰੈਲੀ ਤੋਂ ਬਾਅਦ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਭਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਿਸ ਵਿੱਚ ਲੋਕਾਂ ਦਾ ਹਜੂਮ ਉਮੜਾ ਕਰਮਚਾਰੀਆਂ ਨੇ ਵੱਧ ਚੜ ਕੇ ਰੈਲੀ ਵਿੱਚ ਹਿੱਸਾ ਲਿਆ ਜਿਸ ਵਿੱਚ ਸਾਫ਼ ਹੈ ਕਿ ਲੋਕ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਸਹਿਮਤ ਹਨ ਜਿੰਨੀ ਅਸੀਂ ਸੋਚ ਰੱਖੀ ਸੀ ਉਦੋਂ ਕਈ ਗੁਣਾ ਲੋਕ ਕਾਂਗਰਸ ਪਾਰਟੀ ਦੀ ਰੈਲੀ 'ਚ ਮਹਾਰਾਣੀ ਸਾਹਿਬ ਨੂੰ ਟਿਕਟ ਮਿਲਿਆ ਰਾਹੁਲ ਗਾਂਧੀ ਜੀ ਨੇ ਦਿੱਤਾ ਉਹਨਾਂ ਨੂੰ ਵੈਲਕਮ ਕਰਨ ਲਈ ਔਰ ਉਹਨਾਂ ਨੂੰ ਸਨਮਾਨਿਤ ਕਰਨ ਲਈ ਨਾਭੇ ਹਲਕੇ ਦੇ ਲੋਕ ਇਕੱਠੇ ਹੋਏ ਨੇ ਮੈਂ ਆਪਣੇ ਵੱਲੋਂ ਨਿੱਜੀ ਤੌਰ 'ਤੇ ਪਰਿਵਾਰਕ ਤੌਰ 'ਤੇ ਸਾਥੀਆਂ ਸਮੇਤ ਆਪਣੇ ਮੇਰੇ ਸਾਥੀ ਨੇ ਸ਼ੈਂਟੀ ਜੀ ਬੈਠੇ ਨੇ ਪ੍ਰਧਾਨ ਨਗਰ ਕੌਂਸਲ ਹਰਦੇਵ ਸਿੰਘ ਜੀ ਨੇ ਸਾਡੇ ਇੱਛੇ ਮਾਨ ਜੀ ਨੇ ਪ੍ਰਧਾਨ ਜੀ ਪਰਮਜੀਤ ਕੱਲਰ ਮਾਜਰੀ ਨੇ ਮਿੱਠੂ ਜੀ ਨੇ ਕਿੰਨੇ ਸਾਰੇ ਸਾਥੀ ਖੜ੍ਹੇ ਨੇ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਰੈਲੀ 'ਚ ਆ ਕੇ ਮਹਾਰਾਣੀ ਪਰਨੀਤ ਕੌਰ ਜੀ ਨੂੰ ਟਿਕਟ ਮਿਲਣ 'ਤੇ ਸਵਾਗਤ ਕੀਤਾ ਔਰ ਉਹਨਾਂ ਨੂੰ ਸਨਮਾਨ ਕੀਤਾ ਔਰ ਉਹਨਾਂ ਨੂੰ ਵੈਲਕਮ ਕੀਤਾ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਕਾਂਗਰਸ ਪ੍ਰਤੀ ਲੋਕਾਂ ਦਾ ਰੁਝਾਨ ਸੀ ਬਾਹਰਲੇ ਹਲਕਿਆਂ ਤੋਂ ਵੀ ਕਾਫੀ ਥੋੜੇ ਸਮਰਥਕ ਪਹੁੰਚੇ ਇਹ ਦੇਖੋ ਜਦੋਂ ਪਾਰਟੀ ਨੂੰ ਲੋਕ ਪਿਆਰ ਕਰਦੇ ਹੁੰਦੇ ਨੇ ਨਾ ਉਦੋਂ ਆਂਢ ਗੁਆਂਢ ਦੇ ਵੀ ਆ ਜਾਂਦੇ ਲੋਕ ਆਪਣੇ ਆਪ ਜਦੋਂ ਪਾਰਟੀ ਨੂੰ ਨਾ ਕੋਈ ਪਿਆਰ ਕਰੇ ਫਿਰ ਧੱਕੇ ਨਾਲ ਆਪਣੇ ਵੀ ਨਹੀਂ ਆਉਂਦੇ ਕਈ ਵਾਰੀ ਜਦੋਂ ਪਾਰਟੀ 'ਚ ਪਿਆਰ ਹੋਵੇ ਫਿਰ ਬਾਹਰੋਂ ਵੀ ਆ ਜਾਂਦੇ ਲੋਕ ਇਸ ਕਰਕੇ ਮੈਂ ਦੇਖਿਆ ਜਿਹੜੇ ਸੀਨੀਅਰ ਕਾਂਗਰਸਮੈਨ ਸੀ ਅਮਲੋਹ ਤੋਂ ਵੀ ਆਏ ਕਿਤੇ ਹੋਰ ਵੀ ਆਏ ਪਰ ਲੇਕਿਨ ਸਮੂਹ ਅਤੇ ਇਕੱਠ ਜੋ ਨਾਭੇ ਦੇ ਲੋਕਾਂ ਨੇ ਕੀਤਾ ਰਿਕਾਰਡ ਅੱਜ ਤੱਕ ਦੇ ਇਤਿਹਾਸ 'ਚ ਐਡਾ ਵੱਡਾ ਇਕੱਠ ਕਦੇ ਨਾਭੇ ਦੀ ਧਰਤੀ 'ਤੇ ਨਹੀਂ ਹੋਇਆ ਹੈ ਮੈਂ ਇਸ ਗੱਲੋਂ ਦਿਲੋਂ ਧੰਨਵਾਦੀ ਹਾਂ ਵਰਕਰ ਸਾਥੀਆਂ ਦਾ ਔਰ ਇਲਾਕਾ ਨਿਵਾਸੀਆਂ ਦਾ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼